ਗੱਤਕਾ ਸਿੱਖਣ ਲਈ ਸਭ ਤੋਂ ਪਹਿਲਾਂ ਅਸੀਂ ਪੈਂਤੜਾ ਸਿੱਖਾਂਗੇ। ਅਸੀਂ ਜ਼ਮੀਨ ਉੱਤੇ ਜਮ੍ਹਾਂ ਦਾ ਨਿਸ਼ਾਨ ਬਣਾਵਾਂਗੇ, ਫਿਰ ਉਸ ਵਿੱਚ 1, 2, 3, 4 ਗਿਣਤੀ ਲਿਖਾਂਗੇ। ਖੱਬਾ ਪੈਰ 4 ਨੰਬਰ 'ਤੇ ਰੱਖਾਂਗੇ ਅਤੇ ਸੱਜਾ ਪੈਰ 1 ਨੰਬਰ 'ਤੇ ਰੱਖਾਂਗੇ। ਹੁਣ ਅਸੀਂ 1 ਨੰਬਰ ਵਾਲਾ ਪੈਰ 2 ਨੰਬਰ 'ਤੇ ਅਤੇ 4 ਨੰਬਰ ਵਾਲਾ 3 ਨੰਬਰ 'ਤੇ ਰੱਖਾਂਗੇ। ਦੋਹਾਂ ਪੈਰਾਂ ਦੀਆਂ ਅੱਡੀਆਂ ਸਿੱਧੀ ਰੇਖਾ ਵਿੱਚ ਹੋਣੀਆਂ ਚਾਹੀਦੀਆਂ ਹਨ ਅਤੇ ਪੈਰਾਂ ਦੀ ਸ਼ੇਪ ਐਲ ਸ਼ੇਪ ਹੋਣੀ ਚਾਹੀਦੀ ਹੈ। ਆਓ ਹੁਣ ਪੈਂਤੜੇ ਦਾ ਅਭਿਆਸ ਕਰੀਏ। ਖੱਬਾ ਪੈਰ 4 ਨੰਬਰ 'ਤੇ ਅਤੇ ਸੱਜਾ ਪੈਰ 1 ਨੰਬਰ 'ਤੇ। ਸੱਜਾ ਪੈਰ ਫਿਰ ਅਸੀਂ ਚੁੱਕ ਕੇ 2 ਨੰਬਰ 'ਤੇ ਲੈ ਕੇ ਜਾਵਾਂਗੇ ਅਤੇ 4 ਨੰਬਰ ਵਾਲਾ ਪੈਰ 3 ਨੰਬਰ 'ਤੇ ਲੈ ਕੇ ਆਵਾਂਗੇ। ਪੈਰ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ 3 ਨੰਬਰ ਵਾਲਾ ਪੈਰ 4 ਨੰਬਰ 'ਤੇ ਅਤੇ 2 ਨੰਬਰ ਵਾਲਾ ਪੈਰ 1 ਨੰਬਰ 'ਤੇ ਰੱਖਾਂਗੇ। ਆਓ ਅਸੀਂ ਰਲ ਕੇ ਪੈਂਤੜੇ ਦਾ ਅਭਿਆਸ ਕਰੀਏ। ਪੈਂਤੜਾ ਕਰਦੇ ਸਮੇਂ ਅਸੀਂ ਪੈਰਾਂ ਵੱਲ ਧਿਆਨ ਨਹੀਂ ਦੇਣਾ, ਬਿਲਕੁਲ ਸਾਹਮਣੇ ਧਿਆਨ ਰੱਖਦੇ ਹੋਏ ਪੈਂਤੜਾ ਕਰਾਂਗੇ। ਪੈਰਾਂ ਦੀ ਚਾਲ ਨੂੰ ਨਿਰੰਤਰ ਜਾਰੀ ਰੱਖਾਂਗੇ। ਇਸ ਦਾ ਅਭਿਆਸ ਕਰਦੇ ਹੋਏ ਇਸ ਨੂੰ ਹੌਲੀ ਹੌਲੀ ਹੋਰ ਤੇਜ਼ ਕਰਦੇ ਜਾਵਾਂਗੇ। ਹੌਲੀ ਹੌਲੀ ਇਸ ਨੂੰ ਸਿੱਖਦੇ ਹੋਏ ਅਸੀਂ ਇਸ ਦਾ ਅਭਿਆਸ ਕਰਦੇ ਕਰਦੇ ਆਪਣੇ ਪੈਰਾਂ ਦੀ ਸਪੀਡ ਨੂੰ ਹੋਰ ਵਧਾਉਂਦੇ ਜਾਵਾਂਗੇ ਤਾਂ ਜੋ ਪੈਰ ਸਾਡੇ ਪੂਰੀ ਆਸਾਨੀ ਦੇ ਨਾਲ ਚੱਲ ਸਕਣ। ਇਹ ਅਭਿਆਸ ਸਮੁੱਚੀ ਖੇਡ ਵਿੱਚ ਸਾਡਾ ਮਦਦਗਾਰ ਹੋਵੇਗਾ।